ਸਰਬੀਤ ਬਾਜੀ ਨੂੰ ਆਪਣੇ ਬੱਚਿਆਂ ਨੂੰ ਵੇਖ ਲੋ, ਤੁਸੀਂ ਲੋਕਾਂ ਦੇ ਘਰ ਬਰਬਾਦ ਕਰਦੇ, ਉਹ ਮੇਰੇ ਪਪਾ ਤੁਸੀਂ ਲੋਕਾਂ ਦੇ ਘਰ ਬਰਬਾਦ ਕਰ ਦਿੱਤੇ ਆ। ਬੀਤੇ ਦਿਨ ਗੁਰਦਾਸਪੁਰ ਦੇ ਦੀਨਾ ਨਗਰ ਦੇ ਪਿੰਡ ਢਿੰਡਾ ਦੇ ਵਿੱਚ 3 ਲਾਸ਼ਾਂ ਮਿਲੀਆਂ ਸਨ, ਜਿਸ ਤੋਂ ਬਾਅਦ ਪੁਲਿਸ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਸੀ ਤੇ ਹੁਣ ਮ੍ਰਿਤਕ ਲੜਕਿਆਂ ਦੀ ਪਹਿਚਾਣ ਪੁਲਿਸ ਵੱਲੋਂ ਕਰ ਲਈ ਗਈ ਹੈ। ਇੱਕ ਮੁੰਡਾ ਪ੍ਰਿੰਸ ਜੋ ਪਠਾਨਕੋਟ ਦਾ ਰਹਿਣ ਵਾਲਾ ਸੀ ਅਤੇ 2 ਮੁੰਡੇ ਸਚਿਨ ਅਤੇ ਰਾਕੇਸ਼ ਜੰਮੂ ਲਖਨਪੁਰ ਦੇ ਰਹਿਣ ਵਾਲੇ ਸਨ। ਪਰਿਵਾਰ ਦਾ ਕਹਿਣਾ ਕਿ ਦੋਵੇਂ ਨੌਜਵਾਨ ਨਸ਼ੇ ਕਰਨ ਦੇ ਆਦੀ ਸਨ। ਜੰਮੂ ਦੇ ਵਿੱਚ ਨਸ਼ਾ ਨਾ ਮਿਲਣ ਦੇ ਚਲਦੇ ਉਹ ਪੰਜਾਬ ਦੇ ਪਿੰਡ ਢਿੰਡਾ ਦੇ ਵਿੱਚ ਨਸ਼ਾ ਲੈਣ ਦੇ ਲਈ ਪਹੁੰਚੇ ਸੀ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ 'ਚ ਨਸ਼ੇ ਤੇ ਰੋਕ ਲਗਾਈ ਜਾਵੇ ਅਤੇ ਜੋ ਨਸ਼ਾ ਵੇਚਦਾ ਉਸਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇ। ਦੱਸਣਾ ਬਣਦਾ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਪੁਲਿਸ ਨੇ ਵੱਖ ਵੱਖ ਧਾਰਾਵਾਂ ਦੇ ਤਹਿਤ 17 ਲੋਕਾਂ ਦੀ ਪਹਿਚਾਣ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਜਿਨ੍ਹਾਂ ਲੋਕਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਉਹ ਸਾਰੇ ਲੋਕ ਚਿੱਟੇ ਦਾ ਕਾਲਾ ਕਾਰੋਬਾਰ ਕਰਦੇ ਨੇ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ 5 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਜੋ ਨਸ਼ਾ ਵੇਚਣ ਦਾ ਕੰਮ ਕਰਦੇ ਸਨ। ਤਾਂ ਬੀਤੇ ਦਿਨੀ ਗੁਰਦਾਸਪੁਰ ਦੇ ਦੀਨਾ ਨਗਰ ਦੇ ਪਿੰਡ ਢਿੰਡਾ ਦੇ ਵਿੱਚ 3 ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਸਨ, ਜਿਸ ਤੋਂ ਬਾਅਦ ਸਰਚ ਆਪਰੇਸ਼ਨ ਚਲਾਇਆ ਗਿਆ ਪੂਰੇ ਪਿੰਡ ਦੇ ਵਿੱਚ। ਘਰ ਘਰ ਦੇ ਵਿੱਚ ਜਾ ਕੇ ਪੁਲਿਸ ਵੱਲੋਂ ਤਲਾਸ਼ੀ ਲਈ ਗਈ। ਇਸ ਤੋਂ ਇਲਾਵਾ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਸੀ। ਕੋਈ ਵੀ ਵਿਅਕਤੀ ਪਿੰਡ ਦੇ ਵਿੱਚ ਨਾ ਤਾਂ ਆ ਸਕਦਾ ਸੀ ਤੇ ਨਾ ਹੀ ਪਿੰਡ ਤੋਂ ਬਾਹਰ ਜਾ ਸਕਦਾ ਸੀ ਤੇ ਹੁਣ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ 3 ਨੌਜਵਾਨਾਂ ਦੀ ਪਹਿਚਾਣ ਕਰ ਲਈ ਹੈ ਤੇ 17 ਲੋਕਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਜੋ ਚਿੱਟੇ ਦਾ ਕਾਰੋਬਾਰ ਕਰਦੇ ਸਨ। ਇਸ ਤੋਂ ਇਲਾਵਾ 5 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਅਤੇ ਮ੍ਰਿਤਕ ਨੌਜਵਾਨ ਦੀ ਮਾਂ ਵੀ ਹੁਣ ਰੋ ਰੋ ਕੇ ਦੁਹਾਈਆਂ ਪਾ ਰਹੀ ਹੈ ਕਿ ਸਰਕਾਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਜਿਨ੍ਹਾਂ ਨੇ ਇਸ ਮਾਂ ਤੋਂ ਉਸਦਾ ਪੁੱਤ ਖੋਲਿਆ। ਸੱਚਨ ਮੇਰੇ ਬੇਟੇ ਨਾਲ ਸੱਚਨ ਹੀ ਮੈਂ ਕੀ ਕਰਾਂ ਮੈਂ ਸੱਚਨ ਮੈਨੂੰ ਪਤਾ ਲੱਗਾ ਕੱਲ੍ਹ ਮੈਂ ਆਈ ਨਾ ਕਿਤੇ ਕੁੜੀ ਕੋ ਗਈ ਦੀ ਮੈਂ ਉੱਥੋਂ ਆਈ ਤਾਂ ਮੈਨੂੰ ਕਹਿੰਦੀ ਮੰਮੀ ਸੱਚਨ ਨਹੀਂ ਆਏ ਦਾ ਮੈਂ ਕਿਹਾ ਤੈਨੂੰ ਪਤਾ ਨਹੀਂ ਲੱਗਾ ਕਹਿੰਦੀ ਮੰਮੀ ਸਾਰੇ ਮੈਂ ਲੱਭ ਲਿਆ ਮੈਨੂੰ ਨਹੀਂ ਲੱਭਿਆ ਮੈਂ ਮੈਨੂੰ ਫੋਨ ਕਰ ਦਿੰਦੀ ਮੈਂ ਆ ਜਾਂਦੀ ਮੈਂ ਤੇਰੇ ਨਾਲ ਜਾਂਦੀ ਲੱਭਣ ਉਹ ਮੈਂ ਕਿਤੇ ਫੋਨ ਕਰਾਉਂਦੀ ਮੈਂ ਕੀ ਕਰਾਂ ਮੈਂ ਤਾਂ ਮੁੰਡੇ ਨੂੰ ਫੋਨ ਕੀਤਾ ਆਈ ਗੁਰਦਾਸਪੁਰ ਮੈਂ ਤੂੰ ਠਾਣੇ ਵੇਖ ਕੇ ਆ ਵੀ ਸੱਚਨ ਹੈਗਾ ਇੱਥੇ ਜਦੋਂ ਅਸੀਂ ਫੋਟੋ ਵੇਖੀਆਂ ਮੋਬਾਈਲ ਵਿੱਚ ਸਾਨੂੰ ਤਾਂ ਕਿਤੇ ਕਾਲੀ ਪੈ ਗਈ ਉਹ ਮੈਂ ਸੱਚਣਾ ਮੈਂ ਕੀ ਕਰਾਂ ਉਹ ਮੇਰੇ ਬੱਚਾ ਉਹ ਮੇਰੇ ਬੱਚੇ ਮੈਂ ਨਹੀਂ ਤੇਰੇ ਬੱਚੇ ਪਾਲ ਸਕਦੀ ਉਹ ਤੂੰ ਪਾਲ ਦੇ ਮੇਰੇ 5 ਕੁੜੀਆਂ ਨੇ ਤਾਂ 2 ਮੁੰਡੇ ਹੀ ਸੱਚਣ ਦੇ 2 ਬੱਚੇ ਆ ਕੁੜੀ 15 ਸਾਲ ਦੀ ਅਤੇ ਮੁੰਡਾ 2 ਇੱਦਾਂ ਹੈਗਾ 1 ਸਾਲ ਅਤੇ 3 ਮਹੀਨੇ ਦਾ ਆਏ ਹਾਂਜੀ ਲਖਨਪੁਰ ਹੀ ਰਹਿੰਦੇ ਸੀ ਹਾਂਜੀ ਪੰਜਾਬ 'ਚ ਆਏ ਸੀ ਆਏ 2 ਸਾਲ ਹੋ ਗਏ ਆ
ਰੋਕਿਆ, ਬੜਿਆ ਰੋਕਿਆ, ਮੈਂ ਆਪ ਜੋੜਦੀ ਹੁੰਦੀ, ਬੱਚਿਆ ਆਪਣੇ ਬੱਚਿਆਂ ਨੂੰ ਵੇਖ ਲਾ, ਮੇਰਿਆ ਬੱਚਿਆਂ ਤੂੰ ਵੇਖ ਲਾ, ਨਸ਼ਾ ਛੱਡ ਦੇ, ਦਵਾਈ ਵੀ ਬਥੇਰੀ ਖਿਲਾਉਂਦੇ ਆ ਆਈ ਇਹਨੂੰ, ਇਹ ਨਹੀਂ ਕਿ ਛੱਡਦਾ ਨਸ਼ਾ, ਨਸ਼ਾ ਨਾ ਜੀ ਇੱਧਰ ਨਹੀਂ ਮਿਲਦਾ, ਤਾਂ ਹੀ ਇੱਧਰ ਆਉਂਦਾ ਸੀ ਯਾਰਾ ਜੁਟਾਣਾ, ਅੱਜ ਸਾਨੂੰ ਕੋਈ ਨਾ ਕੋਈ ਸੁਣਾ ਦਿੰਦਾ ਸੀ, ਸੱਚਣ ਗਿਆ ਉੱਧਰ ਨੂੰ, ਹਾਂਜੀ ਸਰਕਾਰ ਨੂੰ ਮੰਗ ਕਰਦੇ ਵੀ ਨਸ਼ੇ ਨੂੰ ਖਤਮ ਕਰੇ, ਨਸ਼ਾ ਵਿੱਚ ਨਾਲ ਸਾਨੂੰ ਸਜ਼ਾ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਮੇਰਾ ਨਾਮ ਸੁਨੇਹਾ ਵਾ, ਵੀਰਵਾਰ ਤੋਂ ਗਾਇਬ ਹੈ, ਲਖਨਪੁਰ ਦੇ ਰਹਿਣ ਵਾਲੇ ਆ। ਕੋਈ ਗੱਲਬਾਤ ਨਹੀਂ ਹੋਈ ਸਰ, ਵੀਰਵਾਰ ਤੋਂ ਗਾਇਬ ਹੈ, ਜੋ ਹੀ ਗਏ 3-4 ਦਿਨ। ਹਾਂਜੀ ਇੱਧਰ ਆਉਂਦੇ ਸੀ, ਨਸ਼ਾ ਹੀ ਲੈਣ ਆਉਂਦੇ ਸੀ ਆਪਣੇ ਯਾਰਾਂ ਦੋਸਤਾਂ ਨਾਲ। ਚਾਹੁੰਦੇ ਹਾਂ ਵੀ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ, ਇਹਨਾਂ ਨੂੰ ਸਜ਼ਾ ਦਿਓ, ਇਹਨਾਂ ਨੂੰ ਇਹ ਲੋਕਾਂ ਦੇ ਘਰ ਬਰਬਾਦ ਕਰਨ ਦੇ, ਇਹਨਾਂ ਨੂੰ ਸਜ਼ਾ ਹੀ ਮਿਲਣੀ ਚਾਹੀਦੀ ਆ, ਇਹਨਾਂ ਨੂੰ ਸਜ਼ਾ ਹੀ ਮਿਲਣੀ ਚਾਹੀਦੀ। ਟਾਣੇ ਪਰ ਰਿਪੋਰਟ ਲਗਾਈ, ਫਿਰ ਸਾਨੂੰ ਪਤਾ ਚੱਲਿਆ ਕਿ ਇੱਧਰ ਆਇਆ ਤਾਂ ਫਿਰ ਪੁੱਛ ਗਿੱਛ ਹੋਈ ਸਾਰੇ ਬੰਨੇ। ਇੱਧਰ ਹੀ ਮਿਲਦਾ ਹੈ, ਹਾਂਜੀ ਦੱਸਿਆ ਹੀ ਗਏ ਨੇ ਵੀ ਇੱਧਰ ਵੀ ਆਉਂਦੇ, ਇੱਧਰ ਹੀ ਨਸ਼ਾ ਮਿਲਦਾ, ਇੱਧਰ ਹੀ ਆਉਂਦੇ ਆ। ਮੇਰਾ ਨਾਮ ਰਜੀਤ ਸਿੰਘ, ਮੇਰੇ ਭਰਾ ਦਾ ਨਾਮ ਰਕੇਸ਼ ਸਿੰਘ ਜੀ, ਉਹ ਇੱਥੇ ਨਸ਼ਾ ਲੈਣ ਨੂੰ ਆਉਂਦਾ ਸੀ ਇੱਥੇ ਆਪਣੇ ਡਿੱਡਾ ਡਿੱਡਾ ਪਿੰਡ ਹੀ ਮਿਲਦਾ ਵੀ ਇੱਥੇ ਪੰਜਾਬ 'ਚ, ਸਾਡੇ ਇੱਥੇ ਤਾਂ ਮਿਲਦਾ ਮਿਲਦਾ ਵੀ ਹੋਊਗਾ ਤਾਂ ਬੜਾ ਘੱਟ ਮਿਲਦਾ, ਸਾਡੇ ਇੱਥੇ ਪੰਜਾਬ 'ਚ ਤੁਹਾਡੇ ਜ਼ਿਆਦਾ ਕਾਫੀ ਵਾਧੂ ਹੈ, ਅਤੇ ਅਸੀਂ ਇਹੀ ਡੈਡ ਬਾਡੀ ਮਿਲੀ ਹੈ ਸਾਨੂੰ, ਤਾਂ ਪਤਾ ਲੱਗਿਆ ਕਿ ਇੱਦਾਂ ਦਾ ਹੋਇਆ ਹੈ। ਕਿੰਨੇ ਚਿਰ ਤੋਂ ਘਰ ਗਿਆ, ਘਰੋਂ ਗਿਆ ਜੀ? ਇਹ ਵੀਰਵਾਰ 3-4 ਦਿਨ ਦਾ ਗਿਆ ਵੀ, ਪਹਿਲਾਂ ਵੀ ਇੱਧਰ ਆਇਆ? ਹਾਂ ਪਹਿਲੇ ਵੀ ਹੁੰਦਾ ਜੀ। ਤੁਹਾਨੂੰ ਕਦੇ ਰੋਕਿਆ ਨਹੀਂ ਹੈਗਾ ਤੁਸੀਂ ਨਸ਼ਾ ਨਾ? ਬੜੀ ਵਾਰ ਰੋਕਿਆ ਜੀ, ਨਸ਼ਾ ਲੱਗ ਗਿਆ ਜੀ। ਇੱਥੇ ਨਸ਼ਾ ਕਿਹੜੇ ਪਿੰਡ 'ਚ ਮਿਲਦਾ ਜੀ? ਇਹ ਡਿੱਡਾ ਪਿੰਡ ਜੀ। ਅੱਗੇ ਵੀ ਕਦੇ ਇੱਥੇ ਡਿੱਡੇ? ਹਾਂ। ਹੁਣ ਤੁਸੀਂ ਕੀ ਮੰਗ ਕਰਦੇ? ਮੰਗ ਕਰਦੇ ਕਿ ਇਨਸਾਫ ਮਿਲੇ, ਨਸ਼ਾ ਖਤਮ, ਨਸ਼ਾ ਖਤਮ ਹੋਣਾ ਚਾਹੀਦਾ। ਕਿੰਨੀ ਉਮਰ ਸੀ, ਕਿੰਨੇ ਵਜੇ ਵਿਆਹ ਹੋਇਆ ਤੁਹਾਡਾ? ਵਿਆਹ ਨਹੀਂ ਹੋਇਆ।